ਗੁੱਡ ਮਾਰਨਿੰਗ, ਗੁੱਡ ਮਾਰਨਿੰਗ ਫਰੋਮ ਚੰਡੀਗੜ੍ਹ। ਸੋ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ? ਉਮੀਦ ਕਰਦਾ ਤੁਸੀਂ ਸਾਰੀ ਘੈਂਟ ਹੋ ਅਤੇ ਅਸੀਂ ਵੀਡੀਓ ਦੀ ਕਰਦੇ ਸ਼ੁਰੂਆਤ। ਸੋ ਤੁਸੀਂ ਦੇਖ ਰਹੇ ਹੋ, ਮੈਂ ਇਸ ਟਾਈਮ ਹੈਗਾ ਚੰਡੀਗੜ੍ਹ ਦੇ ਬੋਟੈਨੀਕਲ ਗਾਰਡਨ ਦਾ। ਸੋ ਅੱਜ ਸਾਨੂੰ ਸਾਰਾ ਵਲੋਗ ਹੈ ਜਿਹੜਾ ਉਹ ਬੋਟੈਨੀਕਲ ਗਾਰਡਨ 'ਤੇ ਹੋਊਗਾ, ਜੋ ਕਿ ਚੰਡੀਗੜ੍ਹ ਦੀ ਮੇਨ ਐਂਟਰੀ। ਪੰਜਾਬ ਤੋਂ ਆਪਾਂ ਐਂਟਰ ਹੁੰਦੇ ਹਾਂ ਸਿਸਮਾ ਰੋਡ ਗਿਨੀ 'ਤੇ, ਅਤੇ ਸਟਾਰਟਿੰਗ 'ਚ ਸਾਰੰਗਪੁਰ ਪਿੰਡਾਂ ਦਾ, ਸਾਰੰਗਪਿੰਡ ਤੋਂ ਅਗਲਾ ਬੋਟੈਨੀਕਲ ਗਾਰਡਨ ਹੈ। ਸੋ ਅੱਜ ਤੁਹਾਨੂੰ ਬੋਟੈਨੀਕਲ ਗਾਰਡਨ ਦੀ ਪੂਰੀ ਖੂਬਸੂਰਤੀ ਦਿਖਾਉਂਦੇ ਹਾਂ, ਕੀ ਇੱਥੇ ਦੇਖਣ ਲਈ ਹੈ ਅਤੇ ਕੀ ਚੰਡੀਗੜ੍ਹ ਗੌਰਮੈਂਟ ਨੇ ਇਹਨੂੰ ਮੇਨਟੇਨ ਕੀਤਾ। ਸੋ ਆਓ ਚੱਲਦੇ ਹਾਂ, ਤੁਹਾਨੂੰ ਕੁਛ ਬੋਟੈਨੀਕਲ ਗਾਰਡਨ ਦੇ ਵਿਊ ਵਗੈਰਾ ਦਿਖਾਉਂਦੇ ਹਾਂ। ਸੋ ਇਹ ਬੋਟੈਨੀਕਲ ਗਾਰਡਨ ਦੀ ਜਿਹੜੀ ਐਂਟਰੀ, ਸੋ ਇਹ ਗੇਟ ਨੰਬਰ 1 ਅਤੇ ਗੇਟ ਨੰਬਰ ਉਹ ਦੂਜੇ ਪਾਸੇ ਹੈ, ਗੇਟ ਨੰਬਰ 2 ਧਨਾ ਸਾਈਡ। ਸੋ ਆਪਾਂ ਚੱਲਦੇ ਹਾਂ ਹੁਣ ਅੰਦਰ, ਦੇਖਦੇ ਹਾਂ ਖੂਬਸੂਰਤੀ। ਕੁਛ ਹਦਾਇਤਾਂ ਨੇ ਜੋ ਤੁਸੀਂ ਪਾਊਜ਼ ਕਰਕੇ ਪੜ੍ਹ ਲਿਓ। ਸੋ ਕੈਮਰਾ ਨੋਟ ਅਲਾਊਡ, ਫੋਨ ਨਾਲ ਤੁਸੀਂ ਵੀਡੀਓ ਬਣਾ ਸਕਦੇ ਹੋ, ਪਰ ਗਾਰਡਨ ਦੀ ਨਾ ਕਿ ਜੋ ਇੱਥੇ ਪਲੇਸਿਸ ਹੈ, ਜਿਵੇਂ ਐਨਰਜੀ ਪਾਰਕ ਹੋ ਗਈ, ਕੋਈ ਹੋਰ ਪਾਰਕ ਹੋ ਗਈ, ਉਹਦੀ ਵੀਡੀਓ ਨਹੀਂ ਬਣਾ ਸਕਦੇ। ਸੋ ਇਹ ਹੈ ਬੋਟੈਨੀਕਲ ਗਾਰਡਨ ਦਾ ਜਿਹੜਾ ਮੈਪ ਹੈ, ਐਂਟਰੀ ਦਾ ਤੁਹਾਨੂੰ ਪਤਾ ਲੱਗ ਜਾਏਗਾ ਕਿਹੜੀ ਚੀਜ਼ ਕਿੱਥੇ ਹੈ। ਸੋ ਤੁਸੀਂ ਇਹਦੀ ਫੋਟੋ ਖਿੱਚ ਕੇ ਘੁੰਮ ਸਕਦੇ ਹੋ। ਸੋ ਸਭ ਤੋਂ ਪਹਿਲਾਂ ਆਪਾਂ ਗੇਟ ਰਾਹੀਂ ਐਂਟਰ ਹੋ ਗਏ, ਅਤੇ ਐਂਟਰੀ 'ਤੇ ਹੀ ਅਸੀਂ ਬਹੁਤ ਖੁਸ਼ ਹੋ ਗਏ, ਕਿਉਂਕਿ ਸਭ ਤੋਂ ਮੇਨ ਗੱਲ ਸੀ ਜਿਹੜੀ ਸਫਾਈ। ਅਤੇ ਤੁਸੀਂ ਚੈੱਕ ਕਰ ਸਕਦੇ ਹੋ, ਇੱਥੇ ਸਾਰਾ ਦੱਸਿਆ ਹੋਇਆ ਵੀ ਕਿਹੜੀ ਚੀਜ਼ ਕਿਸ ਸਾਈਡ ਹੈ। ਸੋ ਕੈਫੇਟੇਰੀਆ, ਨਰਸਰੀ, ਐਨਰਜੀ ਪਾਰਕ, ਐਡਮਿਨ ਬਲੋਕ ਤੋਂ ਮੇਨ ਟਰੈਕ ਬੰਸੋਈ ਵਰਲਡ। ਸੋ ਐਂਟਰੀ 'ਤੇ ਹੀ ਇੱਕ ਬਹੁਤ ਖੂਬਸੂਰਤ ਸਾਨੂੰ ਦੇਖਣ ਨੂੰ ਮਿਲਿਆ, ਜੋ ਕਿ ਲੱਕੜ ਦਾ ਬਣਿਆ ਹੋਇਆ ਹੈ। ਸੋ ਇੱਥੇ ਜੋ ਵੀ ਬੋਟੈਨੀਕਲ ਗਾਰਡਨ ਦੀ ਇਨਫੋਰਮੇਸ਼ਨ ਹੈ ਉਹ ਲਿਖੀ ਹੋਈ ਹੈ, ਤੁਸੀਂ ਪਾਊਜ਼ ਕਰਕੇ ਪੜ੍ਹ ਸਕਦੇ ਹੋ। ਸੋ 2007 'ਚ ਬਣਿਆ 2 ਜਨਵਰੀ ਨੂੰ। ਸੋ ਅੱਜ ਹੈ 3 ਜਨਵਰੀ ਜਦੋਂ ਕਿ ਵੀਡੀਓ ਸ਼ੂਟ ਹੋ ਰਹੀ। ਸੋ ਤੁਸੀਂ ਦੇਖੋ ਅੰਦਾਜ਼ਾ ਕਿ ਆਪਾਂ ਵੀ ਉਸੇ ਦਿਨ ਆਏ ਹਾਂ ਜਿਸ ਦਿਨ ਇਹ ਬਣਿਆ ਸੀ, ਅਤੇ ਹੁਣ ਤੁਹਾਨੂੰ ਦਿਖਾਉਂਦੇ ਹਾਂ ਗਾਰਡਨ 'ਚ ਹੋਰ ਕੀ ਹੈ ਦੇਖਣ ਲਈ। ਸੋ ਆਪਾਂ ਪਹਿਲਾਂ ਚੱਲਦੇ ਹਾਂ ਟਰੈਕ 'ਤੇ, ਜੋ ਮੇਨ ਟਰੈਕ ਹੈ। ਸੋ ਇਹ ਗਾਰਡਨ ਦੇ ਨਾਲ ਹੀ ਮੁੜਦੇ ਸਾਰੀ ਰਾਈਟ ਹੈਂਡ 'ਤੇ ਹੈ ਜਿਹੜਾ ਉਹ ਟਰੈਕ ਬਣਿਆ ਹੋਇਆ, ਜਿੱਥੇ ਲੋਕ ਆ ਕੇ ਸਵੇਰੇ ਵੋਕ ਕਰਦੇ ਆ। ਅਤੇ ਸਾਹਮਣੇ ਇੱਥੇ ਹਰ ਇੱਕ ਚੀਜ਼ ਲਿਖੀ ਹੋਈ ਹੈ, ਅਤੇ ਫੁੱਲਾਂ ਫਲਾਵਰਸ ਵਗੈਰਾ ਦਾ ਖਾਸ ਧਿਆਨ ਰੱਖਿਆ ਹੋਇਆ। ਸੋ ਆਓ ਟਰੈਕ 'ਤੇ ਘੁੰਮਦੇ ਹਾਂ, ਜੋ ਵੀ ਇੱਥੇ ਦੇਖਣ ਲਈ ਹੋਇਆ ਉਹ ਤੁਹਾਨੂੰ ਅਸੀਂ ਜ਼ਰੂਰ ਦਿਖਾਵਾਂਗੇ। ਸੋ ਹੁਣ ਚੱਲਦੇ ਹਾਂ ਆਪਾਂ ਜਿਹੜਾ ਟਰੈਕ 'ਤੇ ਪੈਂਦਾ ਹੈ ਬੋਂਸਲ ਵਰਲਡ। ਸੋ ਇੱਕ ਸ਼ੈੱਡ ਹੈ, ਦੇਖਦੇ ਹਾਂ ਅੰਦਰ ਐਂਟਰੀ ਹੈ ਅਤੇ ਵੀਡੀਓ ਸ਼ੂਟ ਵਗੈਰਾ ਲਓ ਹੈ ਜਾਂ ਨਹੀਂ। ਲਓ ਜੀ, ਹੁਣ ਆਪਾਂ ਆਏ ਹਾਂ ਜਿਹੜਾ ਇੱਥੇ ਦਾ ਇੱਕ ਇੱਥੇ ਸ਼ੈੱਡ ਬਣਿਆ ਹੋਇਆ, ਅਤੇ ਇੱਥੇ ਅਲੱਗ ਅਲੱਗ ਪ੍ਰਜਾਤੀਆਂ ਦੇ ਪੌਦੇ ਹੈ। ਸੋ ਜਿਵੇਂ ਤੁਸੀਂ ਆਪਣੀ ਸਕਰੀਨ 'ਤੇ ਦੇਖ ਸਕਦੇ ਹੋ, ਅਤੇ ਇੱਥੇ ਅਲੱਗ ਅਲੱਗ ਤਰ੍ਹਾਂ ਦੇ ਪੌਦੇ ਹੈ। ਸੋ ਦੇਖਦੇ ਹਾਂ
ਜਿਵੇਂ ਕਿ ਇੰਡੀਅਨ ਲੋਰਲ, ਫਿੱਗ, ਸੋ ਕਾਫੀ ਤਰ੍ਹਾਂ ਦੇ ਪੌਦੇ ਆ। ਬਹੁਤ ਖੂਬਸੂਰਤ ਤਰੀਕੇ ਨਾਲ ਸਜਾਇਆ ਹੋਇਆ ਅਤੇ ਦੇਖਭਾਲ ਵੀ ਬਹੁਤ ਵਧੀਆ ਤਰੀਕੇ ਨਾਲ ਹੁੰਦੀ ਹੈ ਇੱਥੇ। ਸੋ ਤੁਸੀਂ ਆਪਣੇ ਵੀਕਐਂਡ 'ਤੇ ਇੱਥੇ ਆ ਸਕਦੇ ਹੋ ਆਪਣੀ ਫੈਮਿਲੀ ਦੇ ਨਾਲ। ਸੋ ਤੁਸੀਂ ਆਪ ਦੇਖੋ ਕਿੰਨੇ ਸੋਹਣੇ ਸੋਹਣੇ ਟਰੀਜ਼ ਨੇ ਅਲੱਗ ਅਲੱਗ ਪ੍ਰਜਾਤੀਆਂ ਦੇ। ਸੋ ਇਹ ਵੀ ਦਿਖਾਓ ਸਾਰੇ ਟਰੀ ਵਗੈਰਾ। ਅਤੇ ਸੋ ਜਿਵੇਂ ਤੁਸੀਂ ਦੇਖਿਆ ਹੀ ਹੋਣਾ ਕਿ ਆਪਾਂ ਪੱਥਰਾਂ ਨੂੰ ਇੰਨਾ ਵੇਸਟ ਮੰਨਦੇ ਹਨ, ਵੀ ਪੱਥਰ ਕਿਸ ਕੰਮ ਆਉਂਦਾ। ਸੋ ਤੁਸੀਂ ਚੈੱਕ ਕਰੋ ਪੱਥਰ 'ਤੇ ਕਲਾਕਾਰੀ ਕਰਕੇ ਕਿੰਨਾ ਸੋਹਣਾ ਪੱਥਰ ਰੱਖਿਆ ਹੋਇਆ ਅਤੇ ਕਿੰਨਾ ਖੂਬਸੂਰਤ ਲੱਗ ਰਿਹਾ। ਸੋ ਮੈਂ ਤਾਂ ਬਾਈ, ਮੈਨੂੰ ਤਾਂ, ਮੈਂ ਮਤਲਬ ਕਿ ਲਾਈਫ 'ਚ ਬਹੁਤ ਦੇਰ ਬਾਅਦ ਇੱਥੇ ਆਇਆ, ਮੇ ਵੀ ਮੈਂ ਥਰਡ ਟਾਈਮ ਆਇਆ, ਪਹਿਲਾਂ ਇੰਨਾ ਖੂਬਸੂਰਤ ਨਹੀਂ ਅਤੇ ਹੁਣ ਹੀ ਬਣਾਇਆ ਇੰਨਾ ਵਧੀਆ। ਸੋ ਜਦੋਂ ਸਕੂਲ ਟਾਈਮ ਪੜ੍ਹਦੇ ਹੁੰਦੇ ਸੀ ਨਾ ਅਸੀਂ, ਉਦੋਂ ਆਏ ਸੀ, ਉਹ ਵੀ ਬਸ ਸ਼ਾਮ ਟਾਈਮ। ਅਤੇ ਚੈੱਕ ਕਰੋ ਪੱਥਰ ਕਿੰਨੀ ਵਧੀਆ ਖੂਬਸੂਰਤੀ। ਅਤੇ ਇੱਧਰ ਮੇ ਵੀ ਫਾਊਂਟਨ ਹੈ, ਸੋ ਇਹ ਫਾਊਂਟਨ ਚਲਾਉਂਦੇ ਹੋਣਗੇ ਸ਼ਾਮ ਨੂੰ, ਜਾਂ ਤੁਸੀਂ ਆਹ ਫਾਊਂਟਨ ਦੇਖੋ ਕਿੰਨਾ ਵਧੀਆ ਹੈ। ਅਤੇ ਆਓ ਹੋਰ ਵੀ ਅੱਗੇ ਦੇਖਦੇ ਹਾਂ ਕੀ ਕੀ ਇੱਥੇ ਦੇਖਣ ਲਈ। ਸੋ ਤੁਸੀਂ ਵੀਕਐਂਡ 'ਤੇ ਆ ਸਕਦੇ ਹੋ ਇੱਥੇ, ਕੋਈ ਜ਼ਿਆਦਾ ਦੂਰ ਨਹੀਂ ਹੈ, ਚੰਡੀਗੜ੍ਹ ਦੇ ਲੋਕ ਆਉਂਦੇ ਆ। ਸੋ ਤੁਸੀਂ ਨਿਊ ਚੰਡੀਗੜ੍ਹ ਤੋਂ ਵੀ ਆ ਸਕਦੇ ਆ, ਵੀਕਐਂਡ 'ਤੇ ਬਹੁਤ ਵਧੀਆ ਲੋਕੇਸ਼ਨ ਹੈ ਦੇਖਣ ਲਈ। ਸੋ ਪ੍ਰੀ ਵੈਡ ਸ਼ੂਟ ਕਰ ਸਕਦੇ ਹੋ, ਪਰ ਉਹਦੀ ਪਰਮਿਸ਼ਨ ਲੈਣੀ ਪੈਂਦੀ ਹੈ ਚੰਡੀਗੜ੍ਹ ਗੌਰਮੈਂਟ ਤੋਂ। ਸੋ ਇੱਥੇ ਮੋਬਾਈਲ ਨਾਲ ਵੀਡੀਓਗ੍ਰਾਫੀ ਅਲਾਓ ਹੈ, ਕਿਉਂਕਿ ਇਸ ਟਾਈਮ ਮੈਂ ਆਪਣੇ ਫੋਨ ਨਾਲ ਵੀਡੀਓ ਬਣਾ ਰਿਹਾ, ਅਤੇ ਕੈਮਰਾਜ਼ ਨੋਟ ਅਲਾਊਡ। ਅਤੇ ਆਓ ਅੱਗੇ ਚੱਲਦੇ ਹਾਂ ਹੁਣ। ਅਤੇ ਅੱਗੇ ਇੱਕ ਬਹੁਤ ਵਧੀਆ ਇਹਨਾਂ ਨੇ ਬਣਾਇਆ ਹੋਇਆ ਆਪਣਾ ਪੁਲ ਵਗੈਰਾ, ਤਾਂ ਲੱਕੜ ਦਾ ਬਣਾਇਆ ਹੋਇਆ। ਆਓ ਪੁਲ 'ਤੇ ਚੱਲਦੇ ਹਾਂ, ਅਤੇ ਤੁਸੀਂ ਦੇਖੋ ਪੱਥਰਾਂ ਦੀ ਕਿੰਨੀ ਖੂਬਸੂਰਤੀ ਨਾਲ ਯੂਜ਼ ਕੀਤਾ ਹੋਇਆ। ਆਓ ਅੱਗੇ ਚੱਲਦੇ ਹਾਂ। ਸੋ ਜੇ ਵੀਡੀਓ ਵਧੀਆ ਲੱਗ ਰਹੀ ਹੈ ਤਾਂ ਲਾਈਕ ਜ਼ਰੂਰ ਕਰ ਦਿਓ, ਸਪੋਰਟ ਕਰੋ, ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ, ਅਤੇ ਸਬਸਕ੍ਰਾਈਬ ਕਰੋ ਚੈਨਲ ਨੂੰ ਫਟਾਫਟ। ਆਪਣੇ ਮੇਰਾ ਜਿਹੜਾ ਯੂਟਿਊਬ ਚੈਨਲ ਹੈ ਉਹਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਕੇ ਹੋਰਾਂ ਲੋਕਾਂ ਤੱਕ ਵੀਡੀਓ ਪਹੁੰਚਾਓ, ਅਤੇ ਤਾਂ ਜੋ ਮੇਰਾ ਚੈਨਲ ਵੀ ਗਰੋ ਹੋ ਸਕੇ। ਅਤੇ ਆਓ ਅੱਗੇ ਚੱਲਦੇ ਹਾਂ ਹੁਣ। ਸੋ ਸਾਹਮਣੇ ਤੁਸੀਂ ਦੇਖ ਸਕਦੇ ਹੋ ਇਹਨਾਂ ਪੁਰਾਣਾ ਬੋਟੈਨੀਕਲ ਗਾਰਡਨ ਹੁੰਦਾ ਸੀ, ਅਤੇ ਅੱਜ ਵੀ ਉਵੇਂ ਹੀ ਪਿਆ। ਸੋ ਇਹਦੀ ਕੰਸਟਰਕਸ਼ਨ ਵਗੈਰਾ ਬਿਲਕੁਲ ਨਹੀਂ ਕਰੀ, ਪਰ ਇਹ ਖੰਡਰ ਹੋ ਚੁੱਕਿਆ ਇਸ ਟਾਈਮ, ਅਤੇ ਤੁਹਾਨੂੰ ਦਿਖਾਉਂਦੇ ਹਾਂ। ਇੱਥੇ ਇੱਟਾਂ ਵਗੈਰਾ ਸਾਰੀਆਂ ਟੁੱਟੀਆਂ ਹੋਈਆਂ। ਓਕੇ ਓਕੇ ਓਕੇ, ਸੋ ਉੱਧਰੋਂ ਵਿਸਲ ਆ ਗਈ, ਇੱਧਰ ਅਲੋ ਨਹੀਂ ਹੈ ਜਾਣਾ। ਸੋ ਤੁਸੀਂ, ਆਪਾਂ ਅਗਲੇ ਡੈਸਟੀਨੇਸ਼ਨ 'ਤੇ ਚੱਲਦੇ ਹਾਂ। ਸੋ ਆਪਾਂ ਹੁਣ ਜਾ ਰਹੇ ਹਾਂ ਅੱਗੇ, ਅੱਗੇ ਦੇਖਦੇ ਹਾਂ ਕੀ ਹੈ ਦੇਖਣ ਨੂੰ ਮਿਲਦਾ। ਆਪਾਂ ਨੇ ਟਰੈਕ ਰਾਹੀਂ ਨਹੀਂ ਜਾਣਾ, ਕਿਉਂਕਿ ਆਪਾਂ ਵੋਕ ਕਰਨ ਨਹੀਂ ਆਏ, ਆਪਾਂ ਸਿਰਫ ਇੱਕ ਵੀਡੀਓ ਬਣਾਉਣ ਆਏ ਹਾਂ। ਸੋ ਆਪਾਂ ਹੁਣ ਚੱਲਦੇ ਹਾਂ ਇੱਧਰ, ਇੱਧਰ ਦੇਖਦੇ ਹਾਂ ਕੀ ਬਣਿਆ ਹੋਇਆ ਹੈ। ਕੌਣ ਕਹਿੰਦਾ ਕਿ ਚੰਡੀਗੜ੍ਹ 'ਚ ਗਰੀਨਰੀ ਨਹੀਂ ਹੈ? ਮੈਂ ਕਹਿੰਦਾ ਸਭ ਤੋਂ ਜ਼ਿਆਦਾ ਗਰੀਨਰੀ ਹੈਗੀ ਚੰਡੀਗੜ੍ਹ 'ਚ। ਸੋ ਤੁਸੀਂ ਦੇਖੋ ਪੇੜ ਪੌਦਿਆਂ ਦਾ ਕਿੰਨਾ ਵਧੀਆ ਤਰੀਕੇ ਨਾਲ ਇਸਤੇਮਾਲ ਕਰਿਆ। ਸੋ ਵਿੱਚ ਖੂਬਸੂਰਤ ਰਸਤਾ ਜਾ ਰਿਹਾ, ਇੱਧਰ ਵੀ ਪੇੜ, ਇੱਧਰ ਵੀ ਪੇੜ, ਨਾ ਆਕਸੀਜਨ ਦੀ ਕਮੀ। ਅਤੇ ਆਓ ਤੁਹਾਨੂੰ ਲੈ ਚੱਲਦੇ ਹਾਂ ਇੱਕ ਹੋਰ, ਇੱਧਰ ਬੜੇ ਸੋਹਣੇ ਪਲਾਂਟ ਲਾਏ ਹੋਏ ਆ, ਆ ਜਾਓ ਮੇਰੇ ਨਾਲ, ਅਤੇ ਤੁਹਾਨੂੰ
ਸਾਨੂੰ ਦਿਖਾਉਂਦੇ ਆ ਪਲਾਂਟਸ ਵਗੈਰਾ, ਤੇ ਪਾਰਕ ਦੀ ਇੰਨੀ ਜ਼ਿਆਦਾ ਮੇਨਟੇਨੈਂਸ ਹੈ ਨਾ, ਖੂਬਸੂਰਤ ਪਾਰਕ ਬਣਾਈ ਹੋਈ ਆ। ਓਏ ਹੋਏ ਹੋਏ, ਸੋ ਚੰਡੀਗੜ੍ਹ ਆਉਣ ਦਾ ਫਾਇਦਾ ਇਹ ਹੋ ਗਿਆ ਕਿਉਂਕਿ ਧੁੱਪ ਵੀ ਨਿਕਲ ਆਈ ਅੱਜ। ਸੋ ਅੱਜ 3 ਜਨਵਰੀ, ਸੋ ਸਭ ਤੁਹਾਨੂੰ ਅਗੇਨ ਨਵੇਂ ਸਾਲ ਦੀਆਂ ਮੁਬਾਰਕਾਂ। ਪਰਮਾਤਮਾ ਤੁਹਾਡਾ ਜਿਹੜਾ ਨਵਾਂ ਸਾਲ ਹੈ ਉਹ ਇਹ ਸਾਲ ਪੂਰਾ ਖੁਸ਼ੀਆਂ ਭਰਿਆ ਲੈ ਕੇ ਆਵੇ, ਅਤੇ ਹੌਲੀ ਹੌਲੀ ਆਪਾਂ ਆਪਣੇ ਆਪ 'ਚ ਵੀ ਡਿਵੈਲਪਮੈਂਟ ਕਰਦੇ ਹਾਂ, ਬੋਲਣ ਦਾ ਤਰੀਕਾ ਸਿੱਖ ਰਿਹਾ ਕਿਉਂਕਿ ਕਈ ਚੀਜ਼ਾਂ ਇੱਦਾਂ ਦੀਆਂ ਬੋਲ ਹੋ ਜਾਂਦੀਆਂ ਵੀ ਸਮਝ ਨਹੀਂ ਆਉਂਦੀਆਂ ਕਿਉਂਕਿ ਆਪਾਂ ਵੀ ਨਵੇਂ ਨਵੇਂ ਆ ਯੂਟਿਊਬ 'ਤੇ। ਸੋ ਤੁਸੀਂ ਦੇਖ ਸਕਦੇ ਹੋ ਕਿੰਨੇ ਸੋਹਣੇ ਪਲਾਂਟ ਮੇਨਟੇਨ ਕਰਕੇ ਰੱਖੇ ਹੋਏ ਆ, ਪ੍ਰੋਪਰ ਪਾਣੀ, ਅਤੇ ਹੁਣ ਨਾ ਥੋੜ੍ਹੀ ਪੱਤਝੜ ਦਾ ਵੀ ਮੌਸਮ ਹੈ ਇਸ ਕਰਕੇ ਪੱਤੇ ਝੜ ਜਾਂਦੇ ਜਿਹੜੇ ਸੁੱਕ ਕੇ ਨਾ, ਹੁਣ ਨਵੇਂ ਪੱਤੇ ਆਉਣਗੇ। ਸੋ ਮੇਨਟੇਨ ਪੂਰਾ ਕਰਦੇ ਹੈ ਗਾਰਡਨ ਨੂੰ, ਅਤੇ ਆਪਾਂ ਚੱਲਦੇ ਹਾਂ ਕੋਈ ਹੋਰ ਲੋਕੇਸ਼ਨ 'ਤੇ, ਤੁਹਾਨੂੰ ਹੋਰ ਲੋਕੇਸ਼ਨ ਵੀ ਦਿਖਾਉਂਦੇ ਹਾਂ ਅੱਗੇ, ਕੋਈ ਕੈਫੇ ਵਗੈਰਾ ਦੇਖਦੇ ਹਾਂ ਤਾਂ ਉੱਥੇ ਕੁਛ ਖਾਂਦੇ ਪੀਂਦੇ ਹਾਂ। ਆਓ ਮੇਰੇ ਨਾਲ, ਸੋ ਤੁਸੀਂ ਵੀਡੀਓ ਦਾ ਨਜ਼ਾਰਾ ਲੈਂਦੇ ਰਹੋ। ਸੋ ਇੰਨੀ ਖੂਬਸੂਰਤ ਪਾਰਕ ਜੋ ਸਾਡੇ ਨਜ਼ਦੀਕ ਹੈ, ਮੈਂ ਕਾਫੀ ਸਾਲਾਂ ਬਾਅਦ ਇੱਥੇ ਆਇਆ, ਅਤੇ ਕਿੰਨੀ ਖੂਬਸੂਰਤ ਪਾਰਕ ਹੈ। ਆਓ ਇੱਧਰੋਂ ਚੱਲਦੇ ਹਾਂ, ਅਤੇ ਅੱਗੇ ਪੌੜੀਆਂ ਵਗੈਰਾ ਹੈਗੀਆਂ। ਸੋ ਤੁਸੀਂ ਆਓ ਇੱਥੇ ਵੀਡੀਓ ਵਗੈਰਾ ਬਣਾਓ, ਨਜ਼ਾਰੇ ਲਓ, ਧੁੱਪਾਂ ਸੇਕੋ। ਸੋ ਚੰਡੀਗੜ੍ਹ ਲਈ ਰਾਮਬਾਣ ਹੈ ਇਹ, ਵੋਕ ਕਰਨਾ ਜਿਹਨੇ ਵੋਕ ਕਰ ਸਕਦੇ ਆ, ਟਰੈਕ ਬਣੇ ਹੋਏ ਆ, ਨਜ਼ਾਰੇ ਲਓ ਜ਼ਿੰਦਗੀ ਦੇ। ਸੋ ਆਓ ਤੁਹਾਨੂੰ ਦਿਖਾਉਂਦੇ ਅੱਗੇ ਦੀਆਂ ਲੋਕੇਸ਼ਨਾਂ। ਮੇ ਬੀ ਇਹ ਆਫਿਸ ਬਣਾਇਆ ਹੋਇਆ, ਗੱਡੀ ਵਗੈਰਾ ਖੜੀ ਹੋਈ, ਕੋਈ ਰਹਿੰਦਾ ਹੋਣਾ, ਜਾਂ ਫੰਕਸ਼ਨ ਵਗੈਰਾ ਲਈ ਹਾਲ ਵਗੈਰਾ ਬਣਾਇਆ ਹੋਇਆ, ਅਤੇ ਚਾਰੋਂ ਤਰਫ ਗ੍ਰੀਨਰੀ ਹੀ ਗ੍ਰੀਨਰੀ। ਸੋ ਇੱਥੇ ਲੋਕ ਆਪਣਾ ਆ ਕੇ ਟਾਈਮ ਸਪੈਂਡ ਕਰਦੇ ਆ, ਸੋ ਕਪਲਸ ਵਗੈਰਾ ਵੀ ਕਾਫੀ ਆਉਂਦੇ ਆ, ਅਤੇ ਯੋਗਾ ਕਰਨ ਲਈ ਸਾਰੇ ਆਉਂਦੇ ਆ। ਸੋ ਆਪਾਂ ਕਿਸੇ ਦੀ ਵੀਡੀਓ ਸ਼ੂਟ ਨਹੀਂ ਕਰਨੀ, ਜਗ੍ਹਾ ਜਗ੍ਹਾ 'ਤੇ ਡਸਟਬੀਨ ਬਣਾਏ ਹੋਏ ਆ, ਸੋ ਕੂੜਾ ਕਰਕਟ ਇੱਥੇ ਫੈਲਾਉਂਦੇ ਨਹੀਂ ਹੈਗਾ ਕੋਈ ਵੀ। ਸੋ ਚੰਡੀਗੜ੍ਹ ਦੇ ਬਹੁਤ ਪੜ੍ਹੇ ਲਿਖੇ ਲੋਕ ਨੇ, ਸੋ ਸਾਰੇ ਰੂਲਸ ਹੈ ਜਿਹੜੇ ਉਹ ਫੋਲੋ ਕਰਦੇ ਆ। ਅਤੇ ਆਓ ਅੱਗੇ ਦੇਖਦੇ ਹਾਂ, ਇੱਧਰੋਂ ਵੀ ਇੱਕ ਪੌੜੀਆਂ ਆ ਗਈਆਂ, ਪੌੜੀਆਂ ਉਤਰਦੇ ਹਾਂ ਫਿਰ ਅੱਗੇ ਚੱਲਦੇ ਹਾਂ, ਅੱਗੇ ਕੁਛ ਹੋਰ ਵੀ ਹੋਏਗਾ ਦੇਖਣ ਵਾਲਾ ਸੀਨ, ਅਤੇ ਉਹ ਦੇਖਦੇ ਹਾਂ ਜਾ ਕੇ। ਸੋ ਤੁਸੀਂ ਸਾਹਮਣੇ ਸਕਰੀਨ 'ਤੇ ਦੇਖ ਸਕਦੇ ਹੋ, ਕਾਫੀ ਘਾਹ ਫੂਸ ਜਿਹਾ ਪਿਆ, ਇੱਥੋਂ ਦੇ ਪਲਾਂਟ ਸੈਕਸ਼ਨ ਹੈ। ਸੋ ਇੱਥੇ ਪੌਦੇ ਲਿਆ ਕੇ ਰੱਖ ਦਿੰਦੇ, ਜਿਵੇਂ ਕੋਈ ਪੌਦਾ ਖਰਾਬ ਹੁੰਦਾ, ਜਿਵੇਂ ਮੰਨ ਲਓ ਆ ਕੇ ਇਹਦੇ ਦਾ ਫੁੱਲ ਖਰਾਬ ਹੋ ਗਿਆ, ਅਤੇ ਉੱਥੋਂ ਚੱਕ ਕੇ ਫਿਰ ਇੱਥੇ ਨਵਾਂ ਲਾ ਦਿੰਦੇ। ਸੋ ਆਪਾਂ ਚੱਲਦੇ ਹਾਂ ਅੱਗੇ, ਸੋ ਅੱਗੇ ਆਉਂਦੇ ਹਾਂ। ਮੈਂ ਬੋਰਡ 'ਤੇ ਪੜ੍ਹਦਾ ਯਾਰ, ਮੈਨੂੰ ਦੂਰ ਤੋਂ ਦਿਖ ਨਹੀਂ ਰਿਹਾ ਕਿਆ ਲਿਖਿਆ ਵਾ। ਸੋ ਇਹ ਏਰੀਆ ਜੋ ਆ ਗਿਆ ਇਹ ਮੈਡੀਸ਼ਨਲ ਪਲਾਂਟਸ, ਸੋ ਦੇਖਦੇ ਹਾਂ ਕਿਹੜੇ ਆ ਮੈਡੀਸ਼ਨਲ ਪਲਾਂਟਸ। ਸੋ ਸਾਹਮਣੇ ਬੋਰਡ ਲੱਗਿਆ ਹੋਇਆ, ਮੈਡੀਸ਼ਨਲ ਪਲਾਂਟਸ ਵਾਟਰ ਬੋਡੀ। ਸੋ ਇੱਧਰ ਕੋਈ ਮੈਡੀਸ਼ਨਲ ਪਲਾਂਟਸ ਮੇ ਬੀ ਇਹੀ ਹੋ ਸਕਦੇ ਜਿਹੜੇ ਲੱਗੇ ਹੋਏ ਆ। ਸੋ ਆਈ ਡੋਂਟ ਨੋ, ਗੂਗਲ 'ਤੇ ਸਰਚ ਕਰ ਲਿਓ ਇਹ ਕਿਸ ਕੰਮ ਆਉਂਦੇ ਆ। ਸੋ ਇਹ ਲੱਗੇ ਹੋਏ ਮੈਡੀਸ਼ਨਲ ਪਲਾਂਟਸ, ਅਤੇ ਆਓ ਚੱਲਦੇ ਅੱਗੇ। ਉਹ ਸਾਹਮਣੇ ਬੱਚਿਆਂ ਲਈ ਝੂਲਿਆਂ ਦਾ ਸੈਕਸ਼ਨ ਹੈ, ਉੱਥੇ ਚੱਲਦੇ ਹਾਂ। ਸੋ ਡਰ ਵੀ ਲੱਗ ਰਿਹਾ ਕਿਤੇ ਗਿੱਲਾ ਨਾ ਹੋਵੇ ਕਿਉਂਕਿ ਪਾਣੀ ਵਗੈਰਾ ਲਾਉਂਦੇ ਹੋਏ। ਸੋ ਇਹ ਸਾਰੇ ਪਲਾਂਟਸ ਵਗੈਰਾ ਲੱਗੇ ਹੋਏ ਆ ਮੈਡੀਸ਼ਨਲ ਪਲਾਂਟਸ, ਅਤੇ ਦੇਖੋ ਕੋਈ ਵੀ ਪੇੜ ਸੁੱਕ ਜੇ ਤਾਂ ਵੀ ਨਹੀਂ ਕੱਟਦੇ ਚੰਡੀਗੜ੍ਹ ਵਾਲੇ। ਸੋ ਇਹ ਦੇਖੋ ਸੁੱਕਾ ਹੋਇਆ ਪੇੜ ਹੈ, ਅਤੇ ਸਾਹਮਣੇ ਝੂਲਿਆਂ ਦਾ ਸੈਕਸ਼ਨ ਹੈ, ਅਤੇ ਅੱਗੇ ਕੈਫੇਟੇਰੀਆ ਵੀ ਬਣਿਆ ਹੋਇਆ, ਉੱਥੇ ਵੀ ਦੇਖਦੇ ਹਾਂ ਖਾਣ ਪੀਣ ਲਈ ਜੇ ਕੁਛ ਹੋਇਆ ਤਾਂ ਆਪਾਂ ਜ਼ਰੂਰ ਖਾਂਦੇ ਪੀਂਦੇ ਹਾਂ ਥੋੜ੍ਹਾ ਬਹੁਤਾ। ਸੋ ਆਓ ਚੱਲਦੇ ਹਾਂ ਅੱਗੇ। ਸੋ ਬੱਚਿਆਂ ਲਈ ਸੈਕਸ਼ਨ ਝੂਲਿਆਂ ਦਾ, ਸੋ ਇੱਥੇ ਆ ਕੇ ਤੁਸੀਂ ਇੰਜੋਏ ਕਰ ਸਕਦੇ ਹੋ ਆਪਣੀ ਫੈਮਿਲੀ ਨਾਲ। ਸੋ ਇਹ ਝੂਲੇ ਵਗੈਰਾ ਲੱਗੇ ਹੋਏ ਆ, ਆਓ ਇੰਜੋਏ ਕਰੋ। ਸੋ ਤੁਸੀਂ ਮੇਰੇ ਸਾਹਮਣੇ ਇੱਕ ਆਹ ਦੇਖ ਰਹੇ ਹੋ ਗੇਮ, ਗੇਮ ਨਹੀਂ ਕਹਿ ਸਕਦੇ, ਇੱਕ ਸਾਇੰਸ ਦਾ ਪ੍ਰੋਜੈਕਟ ਹੈ।
ਸੋ ਜਿਵੇਂ ਤੁਸੀਂ ਦੇਖ ਸਕਦੇ ਹੋ 1, 2, 3, 4 ਇੱਥੇ 4 ਦੇ ਹੋਏ ਆ ਸਟਿਕਸ। ਸੋ ਇਹ ਨਾ ਇੱਕ ਮਤਲਬ ਕਿ ਅਲੱਗ ਅਲੱਗ ਤਰ੍ਹਾਂ ਦੇ ਇਹਦੇ ਵਿੱਚ ਨਾ ਇਹ ਲੋਹੇ ਦੇ ਉਹ ਪਾਏ ਹੋਏ ਆ। ਸੋ ਜਿਵੇਂ ਇਹਦਾ ਜਿਹੜਾ ਵੇਟ ਹੈ ਉਹ ਉੱਪਰ ਜ਼ਿਆਦਾ ਹੈ ਅਤੇ ਨੀਚੇ ਘੱਟ ਹੈ। ਸੋ ਇਹ ਸਾਰੇ ਨਾ ਇੱਕੋ ਵੇਟ ਦੇ ਹੈ। ਸੋ ਇਹਨਾਂ ਨੂੰ ਆਪਾਂ ਚੱਕ ਕੇ ਦੇਖਦੇ ਹਾਂ। ਸੋ ਇਹ ਚੱਕਿਆ, ਇਹਦਾ ਮੈਨੂੰ ਜਿਹੜਾ ਵੇਟ ਹੈ ਮਹਿਸੂਸ ਹੋ ਰਿਹਾ ਉਹ ਉੱਪਰ ਹੋ ਰਿਹਾ, ਅਤੇ ਹੁਣ ਆਹ ਚੱਕਿਆ ਇਹਦਾ ਵੇਟ ਜਿਹੜਾ ਮਹਿਸੂਸ ਹੋ ਰਿਹਾ ਮੈਨੂੰ ਨੀਚੇ ਹੋ ਰਿਹਾ, ਅਤੇ ਬਰਾਬਰ ਹੈ। ਸੋ ਇਹ ਇਹਨਾਂ ਨਾਲੋਂ ਥੋੜ੍ਹਾ ਜਿਹਾ ਮੈਨੂੰ ਚੱਕਣ 'ਚ ਇੱਦਾਂ ਲੱਗ ਰਿਹਾ ਵੀ ਭਾਰੀ ਹੈ। ਸੋ ਇਹ 3 ਹੈ, ਹੈ ਨਾ, 3 ਚੱਕ ਕੇ ਦੇਖਦੇ ਆਪਾਂ। ਸੋ ਜਦੋਂ ਇਹ 3 ਚੱਕੇ ਮੈਨੂੰ ਸਭ ਤੋਂ ਭਾਰੀ ਲੱਗਿਆ, ਪਰ ਇਹਨਾਂ ਦਾ ਜਿਹੜਾ ਵੇਟ ਹੈ ਉਹ ਇੱਕੋ ਹੈ, ਪਰ ਇਹ ਇੱਕ ਸਾਇੰਸ ਹੈ। ਸੋ ਸਾਹਮਣੇ ਆ ਜਾਓ, ਇੱਕ ਹੋਰ ਤੁਹਾਨੂੰ ਦਿਖਾਉਂਦੇ ਹਾਂ। ਸੋ ਇਹ ਇੱਥੋਂ 2 ਲਾਟੂ ਲਾਏ ਹੋਏ ਆ ਇਹਨਾਂ ਨੇ। ਸੋ ਮੈਂ 1 ਨੂੰ ਹਿਲਾਊਂਗਾ, ਸੋ 1 ਦੇ ਹਿੱਲਣ ਨਾਲ ਇਹ ਦੂਜੇ ਨੂੰ ਮੈਂ ਹੱਥ ਤੱਕ ਨਹੀਂ ਲਾਊਂਗਾ, ਇਹ ਦੂਜਾ ਵੀ ਆਪਣੇ ਆਪ ਹਿੱਲੇਗਾ। ਸੋ ਇਹ ਦੇਖੋ, ਇਹ ਮੈਂ ਹਿਲਾਤਾ। ਸੋ ਦੂਜੇ ਦੀ ਔਰ ਉਹਨਾਂ ਦੋਨਾਂ ਦੀ ਸੇਮ ਦੀ ਗਤੀ ਬਰਾਬਰ ਹੋ, ਤੁਸੀਂ ਵੀਡੀਓ 'ਚ ਧਿਆਨ ਨਾਲ ਦੇਖੋ, ਮੈਂ ਉਹਨੂੰ ਟੱਚ ਤੱਕ ਨਹੀਂ ਕਰਿਆ। ਸੋ ਇਹ ਦੋਨਾਂ ਦਾ ਥੋੜ੍ਹੇ ਟਾਈਮ ਤੱਕ ਇਹ ਬਰਾਬਰ ਮਤਲਬ ਕਿ ਇੱਕੋ ਗਤੀ ਵਿੱਚ ਹਿੱਲਣ ਲੱਗ ਜਾਣਾ, ਬਰਾਬਰ ਮਤਲਬ ਕਿ ਉਹ ਹੋ ਜਾਣਾ। ਸੋ ਆਓ ਅੱਗੇ ਦੇਖਦੇ ਹਾਂ ਅਗਲਾ ਸੈਕਸ਼ਨ ਕੀ ਹੈ। ਸੋ ਨਿਊਟਨ ਕੀ ਗਤੀ ਕਾ ਤੀਸਰਾ ਨਿਯਮ, ਹਰੇਕ ਕਿਰਿਆ ਲਈ ਇੱਕ ਬਰਾਬਰ ਅਤੇ ਵਿਰੋਧੀ ਪ੍ਰਤੀਕਿਰਿਆ, ਨਿਊਟਨ ਗਤੀ ਦਾ ਤੀਜਾ ਨਿਯਮ। ਰੋਟਰ ਸੀਟ 'ਤੇ ਬੈਠ ਕੇ ਪਹੀਏ ਨੂੰ ਘੁਮਾਓ, ਤੁਹਾਡਾ ਰੋਟਰ ਆਪਣੇ ਆਪ ਘੁੰਮਣਾ ਸ਼ੁਰੂ ਹੋ ਜਾਵੇਗਾ। ਪਹੀਏ ਉੱਤੇ ਲੱਗਣ ਵਾਲੇ ਬਲ ਦੇ ਉਲਟ ਦਿਸ਼ੇ ਵਿੱਚ ਰੋਟਰ 'ਤੇ ਬਲ ਲੱਗਦਾ ਹੈ ਅਤੇ ਇਹ ਘੁੰਮਣ ਲੱਗਦਾ ਹੈ। ਸੋ ਦੇਖਦੇ ਹਾਂ, ਘੁੰਮਾ ਕੇ ਦੇਖਦਾ। ਹਾਂ, ਸਹੀ ਗੱਲ ਹੈ, ਇਹ ਆਪਣੇ ਆਪ, ਮੈਂ ਹੁਣ ਇਹਨੂੰ ਕੋਈ ਉਹ ਨਹੀਂ ਦੇ ਰਿਹਾ, ਇਹ ਆਪਣੇ ਆਪ ਘੁੰਮਣ ਲੱਗ ਗਿਆ। ਸੋ ਇਹਨੂੰ ਰੋਕਣ ਲਈ ਮੈਂ ਕਹਿੰਦਾ ਚੰਡੀਗੜ੍ਹ ਵਾਲਿਆਂ ਨੇ ਸਾਇੰਸ ਦਾ ਵੀ ਪੂਰਾ ਧਿਆਨ ਰੱਖਿਆ ਬੋਟੈਨੀਕਲ ਗਾਰਡਨ 'ਚ। ਸੋ ਇਹ ਆਪਣੇ ਆਪ ਘੁੰਮਣ ਲੱਗ ਗਿਆ, ਅਤੇ ਇਹਨੂੰ ਰੋਕਦੇ ਹਾਂ। ਹੁਣ ਅਗਲਾ ਨੈਕਸਟ ਦੇਖਦੇ, ਨੈਕਸਟ ਕੀ ਹੈ। ਸੋ ਆਓ ਅਗਲਾ ਦੇਖਦੇ ਹਾਂ। ਸੋ ਅਗਲਾ ਹੈਗਾ ਇਹ, ਕਿਸੇ ਵੀ ਵਸਤੂ ਦਾ ਭਾਰ ਉਸਦੇ ਲੱਗਣ ਵਾਲੇ ਬਲ 'ਤੇ ਸਿੱਧੇ ਤੌਰ 'ਤੇ ਅਨੁਪਾਤੀ ਹੈ। ਇਹ ਉਪਕਰਨ ਵਿੱਚ 3 ਡਿਕਸ ਜੋ ਇੱਕੋ ਸਮੇਂ ਇੱਕੋ ਜਿਹੇ ਬਲ ਨਾਲ ਘੁੰਮਦੀਆਂ ਹਨ। ਇੱਕ ਵੱਧ ਭਾਰ ਵਾਲੀ ਡਿਕਸ ਲੰਮੇ ਸਮੇਂ ਤੱਕ ਲਈ ਘੁੰਮਦੀ ਰਹਿੰਦੀ ਹੈ, ਜਦੋਂ ਕਿ ਹੋਰ ਘੱਟ ਭਾਰ ਵਾਲੀ ਡਿਕਸ ਥੋੜ੍ਹੇ ਸਮੇਂ ਲਈ ਘੁੰਮਦੀ ਰਹਿੰਦੀ ਹੈ। ਸੋ ਇਹਨਾਂ ਨੂੰ ਘੁੰਮਾ ਕੇ ਦੇਖਦੇ ਹਾਂ। ਸੋ ਇਹ ਹਲਕੀ ਹੈ, ਇਹ ਬਿਲਕੁਲ ਹਲਕੀ ਹੈ, ਇਹ ਥੋੜ੍ਹੀ ਭਾਰੀ ਹੈ, ਅਤੇ ਇਹ ਸਭ ਤੋਂ ਭਾਰੀ ਹੈ, ਉਹ ਜ਼ਿਆਦਾ ਤੇਜ਼ ਘੁੰਮਦੀ ਹੈ। ਅਤੇ ਇਹ ਵੀ ਦੇਖੋ ਅੰਦਾਜ਼ਾ, ਭਾਰ ਵਾਲੀ ਚੀਜ਼ ਕਿੰਨੀ ਤੇਜ਼ ਘੁੰਮ ਰਹੀ, ਘੱਟ ਭਾਰ ਵਾਲੀ ਇਹ ਰੁਕ ਵੀ ਗਈ, ਜਿਹੜੀ ਸਭ ਤੋਂ ਹਲਕੀ ਹੈ ਇਹ ਰੁਕ ਵੀ ਗਈ, ਇਹ ਹੁਣ ਤੱਕ ਘੁੰਮ ਰਹੀ, ਉਹ ਭਾਰੀ ਵਾਲੀ ਹੁਣ ਤੱਕ ਘੁੰਮ ਰਹੀ ਹੈ। ਸੋ ਆਓ ਅੱਗੇ ਵੀ ਦੇਖ, ਕਾਫੀ ਨੇ, ਇੱਥੇ ਆ ਕੇ ਪੜ੍ਹੋ, ਅਤੇ ਆਪਾਂ ਹੁਣ ਅੱਗੇ ਚੱਲਦੇ ਕਿਉਂਕਿ ਸਮਾਂ ਬਹੁਤ ਘੱਟ ਹੈ। ਸੋ ਇਹ ਹੈ ਚੰਡੀਗੜ੍ਹ ਐਨਰਜੀ ਪਾਰਕ। ਸੋ ਇਹ ਪਾਰਕ ਬਣਾਈ ਹੋਈ ਹੈ। ਸੋ ਜਿਵੇਂ ਇੱਥੇ ਇੱਕ ਡਰੰਮ ਲਾਇਆ ਹੋਇਆ, ਇੱਥੇ ਕੋਈ ਵੀ ਇਨਸਾਨ ਚੜ੍ਹਦਾ ਹੈ ਤਾਂ ਇਹ ਰੋਟੇਟ ਹੁੰਦਾ ਹੈ, ਮੈਨੂੰ ਲੱਗਦੀ ਹੈ ਚੱਲ ਨਹੀਂ ਰਿਹਾ। ਸੋ ਇਹਦੇ ਨਾਲ ਬਿਜਲੀ ਜਰਨੇਟ ਹੁੰਦੀ ਸੀ, ਉਹ ਇੱਕ ਡੈਮੋ ਦਿਆ ਹੋਇਆ, ਚੱਲਦਾ ਹੋਏਗਾ ਮੇ ਵੀ, ਪਰ ਇੱਥੇ ਕੋਈ ਯੂਜ਼ ਨਹੀਂ ਕਰਦਾ ਇਹਨੂੰ। ਆਓ ਅੱਗੇ ਦੇਖਦੇ ਹਾਂ ਹੋਰ ਕੀ ਹੈ। ਇਹ ਐਨਰਜੀ ਪਾਰਕ ਹੈ। ਸੋ ਆਓ ਦੇਖਦੇ ਹਾਂ ਐਨਰਜੀ ਪਾਰਕ 'ਚ ਕੀ ਰੱਖਿਆ ਹੋਇਆ। ਲੋ ਇਹ ਮਿੱਤਰੋ, ਐਨਰਜੀ ਪਾਰਕ 'ਚ ਜਿਹੜੀ ਵੀਡੀਓ ਸੀ ਉਹ ਅਲੋ ਨਹੀਂ ਹੈ, ਅਤੇ ਵੈਸੇ ਵੀ ਗਾਰਡਨ 'ਚ ਵੀਡੀਓ ਅਲੋ ਨਹੀਂ ਹੈ, ਪਰ ਮੈਂ ਪਿੱਛੋਂ ਸਿਕਿਉਰਟੀ ਵਾਲੇ ਤੋਂ ਪਰਮਿਸ਼ਨ ਲੈ ਕੇ ਆਇਆ ਸੀ। ਅਤੇ ਆਓ ਅੱਗੇ ਦੇਖਦੇ ਹਾਂ, ਕੈਕਟਸ ਸੈਕਸ਼ਨ ਹੈ ਕਾਫੀ ਅੱਗੇ ਜਾ ਕੇ। ਸੋ ਉਹ ਦਿਖਾਉਂਦੇ ਹਾਂ, ਉਸ ਤੋਂ ਬਾਅਦ ਵੀਡੀਓ ਦੀ ਕਰਦੇ ਹਾਂ ਸਮਾਪਤੀ। ਸੋ ਜ਼ਰੂਰ
ਵੀਡੀਓ ਲਾਈਕ ਕਰੋ। ਇੱਧਰ ਸੋਲਰ ਸਿਸਟਮ ਵਗੈਰਾ ਲੱਗੇ ਹੋਏ ਆ ਅਤੇ ਇੱਕ ਬਣਾਈ ਹੋਈ ਆ ਹੱਟ, ਸੋ ਇਹ ਓਪਨ ਹੀ ਆ ਸਾਰਾ ਕੁਛ। ਅਤੇ ਮੈਂ ਕਾਫੀ ਟਾਈਮ ਪਹਿਲਾਂ ਦੇਖੀ ਸੀ ਪਰ ਹੁਣ ਤੁਹਾਨੂੰ ਪੇਂਟ ਕਰਤਾ ਹੈ, ਇਹ ਪੱਥਰ ਦੀ ਹੈ ਪਰ ਪੇਂਟ ਕਰਕੇ ਇਹ ਕੰਪਲੀਟ ਕਰਤੀ ਹੈ, ਸੋ ਇਹਨੂੰ ਇੱਕ ਵੁਡਨ ਟੱਚ ਦੇਣ ਦੀ ਕੋਸ਼ਿਸ਼ ਕੀਤੀ ਹੈ। ਅਤੇ ਆਓ ਦੇਖਦੇ ਹਾਂ ਅੱਗੇ ਕੈਕਟਸ ਗਾਰਡਨ, ਫਿਰ ਉਸ ਤੋਂ ਬਾਅਦ ਚੱਲਦੇ ਹਾਂ ਸਿੱਧਾ ਘਰੇ। ਸੋ ਇਹ ਸਾਹਮਣੇ ਹੈਗੀ ਹੈ ਨਰਸਰੀ, ਸੋ ਇੱਥੇ ਕਾਫੀ ਤਰ੍ਹਾਂ ਦੇ ਬੂਟੇ ਵਗੈਰਾ ਲੱਗੇ ਹੋਏ ਆ ਅਤੇ ਕਣਕ ਚੰਪਾ। ਸੋ ਇੱਧਰ ਮੇ ਵੀ ਵੀਡੀਓ ਲਾਓ ਨਹੀਂ ਹੈਗੀ ਪਰ ਮੈਂ ਬਾਹਰੋਂ ਹੀ ਸ਼ੂਟ ਲੈ ਲੈਂਦਾ। ਸੋ ਇੱਦਾਂ ਦੇ ਪੌਦੇ ਵਗੈਰਾ ਲੱਗੇ ਹੋਏ ਆ। ਸੋ ਤੁਸੀਂ ਸੋਚਦੇ ਹੋਣੇ ਜਦੋਂ ਬਾਰਿਸ਼ ਵਗੈਰਾ ਆਉਂਦੀ ਹੈ ਅਤੇ ਸਾਰੀ ਵੇਸਟੇਜ ਕਿੱਥੇ ਜਾਂਦੀ ਹੈ, ਸੋ ਇੱਦਾਂ ਇੱਧਰ ਇੱਕ ਇਹਨਾਂ ਨੇ ਲੇਕ ਬਣਾਈ ਹੋਈ ਹੈ, ਸੋ ਸਾਰੀ ਵੇਸਟੇਜ ਹੈ ਜਿਹੜੀ ਉਹ ਸਾਰੀ ਲੇਕ ਦੇ ਵਿੱਚ ਜਾਂਦੀ ਹੈ। ਸੋ ਤੁਹਾਨੂੰ ਲੇਕ ਦਿਖਾਉਂਦੇ ਹਾਂ, ਆਓ। ਸੋ ਕੋਈ ਵੀ ਚੰਡੀਗੜ੍ਹ 'ਚ ਗਾਰਡਨ ਜਾਂਦਾ ਸੋ ਇਹ ਗੰਦ ਨਾ ਪਾਇਆ ਕਰੋ ਯਾਰ, ਸੋ ਉਹਨਾਂ ਲਈ ਬੈਡ ਫੀਲਿੰਗ ਹੈ ਮੇਰੀ ਤਾਂ ਜਿਹੜੇ ਇਹ ਇੱਦਾਂ ਕੂੜਾ ਫੈਲਾਉਂਦੇ ਆ। ਸੋ ਮੈਂ ਕਾਫੀ ਅੱਗੇ ਨਹੀਂ ਜਾਊਂਗਾ। ਸੋ ਇਹ ਦੇਖੋ ਇਹ ਲੇਕ ਬਣੀ ਹੋਈ ਹੈ, ਮੇ ਵੀ ਇਹ ਸਾਫ਼ ਕਰਦੇ ਆ ਨਹੀਂ ਕਰਦੇ ਪਰ ਇਹ ਸਾਫ਼ ਨਹੀਂ ਹੈ ਕਿਉਂਕਿ ਵੇਸਟੇਜ ਜਾਂਦੀ ਹੈ ਅਤੇ ਸਾਰੀ ਉਹ। ਸੋ ਇਹ ਲੇਕ ਇੱਕ ਵਿਊ ਹੈ, ਅੱਗੇ ਇੱਥੇ ਬੈਠ ਸਕਦੇ ਹੋ, ਸਾਹਮਣੇ ਦੇਖੋ ਕਿੰਨੇ ਪੰਛੀ ਬੈਠੇ ਆ। ਸੋ ਕੈਮਰੇ 'ਚ ਤੁਹਾਨੂੰ ਨਹੀਂ ਦਿਖਦੇ ਹੋਣੇ, ਉਹ ਛੋਟੇ ਛੋਟੇ ਬੈਠੇ ਆ ਕਾਫੀ ਪੰਛੀ। ਅਤੇ ਆਪਾਂ ਚੱਲਦੇ ਹਾਂ ਹੁਣ ਅੱਗੇ ਕੈਕਟਸ ਗਾਰਡਨ ਦੇਖਦੇ ਹਾਂ, ਕੈਕਟਸ ਗਾਰਡਨ ਤੋਂ ਬਾਅਦ ਆਪਾਂ ਜਾਵਾਂਗੇ ਸਿੱਧਾ ਘਰੇ। ਸੋ ਉਮੀਦ ਕਰਦਾ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੋਊਗੀ, ਜੇ ਵੀਡੀਓ ਵਧੀਆ ਲੱਗ ਰਹੀ ਹੈ ਤਾਂ ਲਾਈਕ ਜ਼ਰੂਰ ਕਰ ਦਿਓ। ਸਿਰਫ ਗ੍ਰੀਨਰੀ ਗ੍ਰੀਨਰੀ ਬੈਸਟ ਹੈ ਇੱਥੇ ਦੀ, ਆ ਕੇ ਆਪਣਾ ਟਾਈਮ ਪਾਸ ਕਰ ਸਕਦੇ ਹੋ, ਬੈਂਚ ਵਗੈਰਾ ਲੱਗੇ ਹੋਏ ਆ ਬੈਠ ਸਕਦੇ ਹੋ। ਅਤੇ ਆਓ ਚੱਲਦੇ ਹਾਂ ਅੱਗੇ ਹੋਰ ਦੇਖਦੇ ਹਾਂ ਕੀ ਹੈ ਇੱਥੇ। ਸੋ ਇਹ ਹੈ ਫਰਨ ਹਾਊਸ, ਸੋ ਇੱਥੇ ਲੋਕ ਲੱਗਿਆ ਹੋਇਆ, ਮੇ ਬੀ ਕੋਈ ਪਲਾਂਟਸ ਨੇ ਇੱਥੇ ਅੰਦਰ ਇਹਦੇ ਵੀ। ਅਤੇ ਆਪਾਂ ਚੱਲਦੇ ਹਾਂ ਹੁਣ ਅੱਗੇ ਕੈਕਟਸ ਗਾਰਡਨ ਵੱਲ। ਸੋ ਸਾਹਮਣੇ ਚੰਦਨ ਵਾਟਿਕਾ ਦੇ ਜਿਹੜੇ ਪਲਾਂਟਸ ਆ ਉਹ ਲੱਗੇ ਹੋਏ ਆ, ਅਤੇ ਇੱਧਰ ਐਕੁਆਟਿਕ ਪਲਾਂਟਸ, ਸੋ ਤੁਸੀਂ ਫੋਟੋ ਦੇਖ ਲਓ ਇੱਦਾਂ ਦੇ ਪਲਾਂਟ ਲੱਗੇ ਹੋਏ ਆ ਅਤੇ ਹਜੇ ਬੰਦ ਹੈ। ਅਤੇ ਆਪਾਂ ਚੱਲਦੇ ਹਾਂ ਅੱਗੇ, ਟਰੈਕ ਟਰੈਕ 'ਤੇ ਹੋਏ ਆ, ਤੁਰੇ ਹੋਏ ਆ ਟਰੈਕ 'ਤੇ, ਦੇਖਦੇ ਟਰੈਕ ਕਿੱਥੇ ਲੈ ਕੇ ਜਾਂਦਾ। ਇੱਧਰੋਂ ਸਾਰੰਗਪੁਰ ਤੋਂ ਸ਼ੁਰੂ ਹੋ ਗਏ ਨਾ, ਮਤਲਬ ਕਿ ਇੱਧਰ ਤਾਂ ਨਾ ਸਾਡੀ ਰੋਡ ਤੱਕ ਹੈ ਇਹ ਗਾਰਡਨ। ਸੋ ਮੈਂ ਇਹਨੂੰ ਛੋਟਾ ਜਿਹਾ ਸਮਝਦਾ ਸੀ, ਇਹ ਬਹੁਤ ਵੱਡਾ ਗਾਰਡਨ ਹੈ। ਸੋ ਪਹਿਲਾਂ ਤਾਂ ਅਸੀਂ ਸ਼ੁਰੂ ਸ਼ੁਰੂ 'ਚ ਇੱਥੇ ਤੱਕ ਘੁੰਮੇ ਆ, ਜਿਹੜੀ ਆ ਸਾਨੂੰ ਸਾਹਮਣੇ ਹੱਟ ਦਿਖ ਰਹੀ ਹੈ ਇੱਥੇ ਤੱਕ ਆਏ ਸੀ, ਅਤੇ ਉਹ ਕਹਿੰਦੇ ਵੀ ਕਾਫੀ ਅੱਗੇ ਤੱਕ ਹੈ। ਸੋ ਉੱਧਰੋਂ ਵੀ ਇੱਕ ਗੇਟ ਹੈਗਾ ਹੈ, ਸੋ ਵੋਕ ਵਾਲੇ ਵਾਸਤੇ ਤਾਂ ਮੈਂ ਕਹਿੰਦਾ ਇਹ ਰਾਮਬਾਣ ਹੈ। ਸੋ ਜਿੰਨੀ ਮਰਜ਼ੀ ਤੁਸੀਂ ਵੋਕ ਕਰੋ ਇੱਥੇ ਥੱਕਦਾ ਨਹੀਂ, ਸੋ ਆ ਕੇ ਆਪਣੀ ਐਕਸਰਸਾਈਜ਼ ਵਗੈਰਾ ਕਰ ਸਕਦੇ ਹੋ। ਜਗ੍ਹਾ ਜਗ੍ਹਾ 'ਤੇ ਪਲਾਂਟਸ ਲੱਗੇ ਹੋਏ ਆ, ਟੇਬਲਸ ਲੱਗੇ ਹੋਏ ਆ ਬੈਠਣ ਲਈ। ਸੋ ਅੱਗੇ ਦੇਖਦੇ ਜੇ ਕੰਟੀਨ, ਮੇਰੇ ਖਿਆਲ 'ਚ ਸਟਾਰਟਿੰਗ 'ਚ ਹੀ ਦੀ, ਜੇ ਹੋਈ ਤਾਂ ਜ਼ਰੂਰ ਜਾਵਾਂਗੇ। ਅਤੇ ਜੇ ਕੈਕਟਸ ਗਾਰਡਨ ਵੀ ਦੂਰ ਹੋਇਆ ਤਾਂ ਆਪਾਂ ਫਿਰ ਵਾਪਿਸ ਮੁੜ ਜਾਵਾਂਗੇ, ਵੀ ਵਾਪਿਸ ਵੀ ਆਉਣਾ ਹੈ। ਸੋ ਕਾਫੀ ਦੂਰ ਲੱਗ ਰਿਹਾ ਕੈਕਟਸ ਗਾਰਡਨ, ਅਤੇ ਦੇਖਦੇ ਹਾਂ। ਸੋ ਮੇਰੇ ਸਾਹਮਣੇ ਹੈ ਪਾਇੰਟਮ ਟ੍ਰੀਸ, ਤੋ ਕਿੰਨੇ ਖੂਬਸੂਰਤ ਲੱਗ ਰਿਹਾ। ਸੋ ਇੱਦਾਂ ਦੇ ਟ੍ਰੀ ਅਸੀਂ ਪਹਾੜਾਂ 'ਚ ਦੇਖਦੇ ਹਾਂ, ਸੋ ਸਾਡੇ ਚੰਡੀਗੜ੍ਹ 'ਚ ਹੀ ਹੈਗੇ ਆ। ਸੋ ਦੇਖੋ ਤੁਸੀਂ ਖੂਬਸੂਰਤੀ ਦੇਖੋ ਟ੍ਰੀਜ਼ ਦੀ, ਸੋ ਇਹਨਾਂ ਨੇ ਸਾਂਭ ਸੰਭਾਲ ਕਰੀ ਹੋਈ ਹੈ। ਅਤੇ ਇੱਦਾਂ ਪੇੜ ਲੱਗੇ ਹੋਏ ਆ, ਪੌਦਿਆਂ ਦੀ ਬਹੁਤ ਸਾਂਭ ਸੰਭਾਲ ਹੈ, ਬਹੁਤ ਹੀ ਜ਼ਿਆਦਾ ਸਾਂਭ ਸੰਭਾਲ ਹੈ।
ਇੱਧਰ ਵੀ ਉਹੀ ਟ੍ਰੀ ਨੇ, ਨਹੀਂ ਇਹ ਹੋਰ ਹੈ, ਅਤੇ ਇਹ ਵਾਲੇ ਟ੍ਰੀ ਨੇ ਜਿਹੜੇ ਗੋਆ 'ਚ ਆਉਂਦੇ ਆ। ਸੋ ਇੱਧਰ ਇੱਕ ਵਾਟਰ ਪੋਸਟ ਆਈ ਹੈ ਪਾਣੀ ਪੀਣ ਦਾ ਬਣਾਇਆ ਹੋਇਆ, ਸੋ ਇਹ ਪਿਊਰੀਫਾਈ ਹੁੰਦਾ ਪਾਣੀ, ਉਹ ਨਹੀਂ ਹੈ। ਸੋ ਪਲੀਜ਼ ਯਾਰ ਇੱਦਾਂ ਦਾ ਗੰਦ ਨਾ ਪਾਇਆ ਕਰੋ, ਠੀਕ ਹੈ। ਅਤੇ ਹੁਣ ਪਾਣੀ ਆਓ, ਚੱਲਦੇ ਹਾਂ ਅੱਗੇ। ਕਾਫੀ ਵੱਡਾ ਯਾਰ, ਮੈਨੂੰ ਲੱਗਦਾ ਮੇਰਾ ਅੱਜ ਅੱਧਾ ਦਿਨ ਇੱਥੇ ਹੀ ਲੱਗਣਾ। ਸੋ ਸਾਹਮਣੇ ਹੈ ਗੇਟ ਨੰਬਰ 2 ਪਟਿਆਲਾ ਕੀ ਫੋਰੈਸਟ। ਸੋ ਇੱਧਰ ਤਾਂ ਆਪਾਂ ਨੇ ਜਾਣਾ ਨਹੀਂ, ਅਤੇ ਇੱਧਰ ਕੈਕਟਸ ਹਾਊਸ, ਕੈਕਟਸ ਹਾਊਸ ਚੱਲਦੇ ਹਾਂ, ਫਿਰ ਦੇਖਦੇ ਕੈਕਟਸ, ਉਸ ਤੋਂ ਬਾਅਦ ਚੱਲਦੇ ਸਿੱਧਾ ਘਰੇ। ਸੋ ਸਾਹਮਣੇ ਤੁਸੀਂ ਦੇਖ ਸਕਦੇ ਹੋ ਬਾਂਸ ਦੇ ਜਿਹੜੇ ਦਰਖਤ ਹੈ ਉਹ ਲੱਗੇ ਹੋਏ ਆ। ਸੋ ਧਰਤੀ ਸਾਡੀ ਚੰਡੀਗੜ੍ਹ ਦੀ ਇੱਦਾਂ ਦੀ ਹੈ, ਇੱਥੇ ਹਰ ਇੱਕ ਤਰ੍ਹਾਂ ਦਾ ਜਿਹੜਾ ਪੇੜ ਹੈ ਉਹ ਲੱਗ ਜਾਂਦਾ। ਅਤੇ ਅੱਗੇ ਦੇਖਦੇ ਹਾਂ ਕੈਕਟਸ ਗਾਰਡਨ, ਕੈਕਟਸ ਗਾਰਡਨ। ਸੋ ਮੇਰੀ ਕਾਫੀ ਤਮੰਨਾ ਕੈਕਟਸ ਗਾਰਡਨ ਦੇਖਣ ਦੀ, ਇੱਕ ਵਾਰ ਪੰਚਕੂਲੇ ਜ਼ਰੂਰ ਦੇਖਿਆ ਸੀ ਅਸੀਂ ਕੈਕਟਸ ਗਾਰਡਨ। ਸੋ ਜਗ੍ਹਾ ਜਗ੍ਹਾ ਦੇ ਪੌਦੇ ਲਾਏ ਹੋਏ ਆ, ਖੂਬਸੂਰਤੀ ਬਾਕਮਾਲ। ਸਾਹਮਣੇ ਬਾਂਸ ਦਾ ਦਰਖਤ ਲੱਗੇ ਹੋਏ, ਇੱਧਰ ਥੋੜ੍ਹੇ ਜਿਹੇ ਪੀਲੇ ਹੈ, ਇੱਧਰ ਭੂਰੇ ਹੈ। ਅਤੇ ਅੱਗੇ ਦੇਖਦੇ ਹਾਂ ਬੰਬੂ, ਬੰਬੂ ਕਹਿੰਦੇ ਇਹਨਾਂ ਨੂੰ, ਬੰਬੂ ਦੇ ਪੇੜ। ਮਿੱਤਰੋ ਜਿਹੜਾ ਕੈਕਟਸ ਗਾਰਡਨ ਹੈ ਇੱਥੋਂ 10 ਜਾਂ 15 ਮਿੰਟ ਦੀ ਵੋਕ 'ਤੇ ਹੈ। ਸੋ ਉਮੀਦ ਕਰਦਾ ਸਾਨੂੰ ਆ ਵੀ ਵੀਡੀਓ ਹੋਰ ਆ ਵੀਡੀਓ ਵਾਂਗ ਵਧੀਆ ਲੱਗੀ ਹੈ। ਜੇ ਵਧੀਆ ਲੱਗੀ ਹੈ ਤਾਂ ਲਾਈਕ, ਸਬਸਕ੍ਰਾਈਬ ਅਤੇ ਸ਼ੇਅਰ ਜ਼ਰੂਰ ਕਰ ਦਿਓ। ਸੋ ਚੈਨਲ ਵੱਧ ਤੋਂ ਵੱਧ ਗਰੋ ਕਰਨ ਵਿੱਚ ਹੈਲਪ ਕਰੋ। ਸੋ ਉਮੀਦ ਕਰਦਾ ਇਹ ਵੀ ਵੀਡੀਓ ਹੋਰ ਆ ਵੀਡੀਓ ਵਾਂਗ ਫਿਰ ਤੋਂ ਵਧੀਆ ਲੱਗੀ ਹੋਊਗੀ। ਸੋ ਅੱਜ ਦੀ ਵੀਡੀਓ ਸਿਰਫ ਇੰਨਾ ਹੀ, ਜੇ ਤੁਸੀਂ ਵੀ ਆਉਣਾ ਸੋ ਲਿੰਕ ਔਰ ਮੈਪ ਦਾ ਲਿੰਕ ਜਿਹੜਾ ਉਹ ਡਿਸਕ੍ਰਿਪਸ਼ਨ 'ਚ ਪਾ ਦੂੰਗਾ, ਸੋ ਤੁਸੀਂ ਉੱਥੇ ਜਾ ਕੇ ਚੈੱਕ ਕਰ ਸਕਦੇ ਹੋ। ਥੈਂਕ ਯੂ ਸੋ ਮੱਚ, ਥੈਂਕਸ, ਵਿਜ਼ਿਟ ਅਗੇਨ, ਜ਼ਰੂਰ ਆਵਾਂਗੇ ਜੀ। ਬਹੁਤ ਖੂਬਸੂਰਤ ਗਾਰਡਨ ਹੈ। ਸੋ ਤੁਸੀਂ ਸਾਰੇ ਆ ਕੇ ਇੱਥੇ ਆਪਣਾ ਵੀਕਐਂਡ ਅਤੇ ਮੋਰਨਿੰਗ ਔਰ ਸ਼ਾਮ ਦੀ ਜਿਹੜੀ ਵੋਕ ਹੈ ਈਵਨਿੰਗ ਦੀ, ਉਹ ਆ ਕੇ ਤੁਸੀਂ ਇੱਥੇ ਕਰ ਸਕਦੇ ਆ। ਸੋ ਹੁਣ ਲੈਂਦੇ ਆ ਇਜਾਜ਼ਤ। ਸੋ ਬਹੁਤ ਖੂਬਸੂਰਤ ਗਾਰਡਨ ਹੈ ਚੰਡੀਗੜ੍ਹ ਦਾ, ਬੋਟੈਨੀਕਲ ਗਾਰਡਨ। ਅਤੇ ਹੁਣ ਚੱਲਦੇ ਆਪਾਂ ਬਾਹਰ। ਸੋ ਇਹ ਹੈ ਬੋਟੈਨੀਕਲ ਗਾਰਡਨ ਦੀ ਜਿਹੜੀ ਪਾਰਕਿੰਗ। ਸੋ ਆਪਾਂ ਨੇ ਬਾਈਕ ਲਾਤੀ ਸੀ ਇੱਥੇ, ਅਤੇ ਇੱਥੇ ਚਾਰਜਿੰਗ ਪੁਆਇੰਟ ਵੀ ਹੈਗਾ, ਮੇ ਬੀ ਹਜੇ ਸ਼ੁਰੂ ਨਹੀਂ ਹੋਇਆ। ਸੋ ਤੁਸੀਂ ਆਪਣੀ ਇਲੈਕਟ੍ਰਿਕ ਗੱਡੀਆਂ ਇੱਥੇ ਚਾਰਜ ਕਰ ਸਕਦੇ ਹੋ, ਇਹ ਚਾਰਜਿੰਗ ਸਟੇਸ਼ਨ ਬਣਿਆ ਹੈ। ਅਤੇ ਇਹ ਬੋਟੈਨੀਕਲ ਗਾਰਡਨ ਦੇ ਬਿਲਕੁਲ ਐਂਟਰੀ ਦੇ ਨਾਲ ਹੀ ਹੈ, ਲੈਫਟ ਹੈਂਡ। ਸੋ ਤੁਸੀਂ ਇੱਥੇ ਆ ਕੇ ਆਪਣੇ ਪਾਰਕਿੰਗ ਵੀ ਲਗਾ ਸਕਦੇ ਹੋ ਅਤੇ ਗੱਡੀਆਂ ਵਗੈਰਾ ਚਾਰਜ ਵੀ ਕਰ ਸਕਦੇ ਹੋ।